ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਖਿਲਾਫ਼ ਛਿੜੀ ਸ਼ਬਦੀ ਜੰਗ ਤੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਜੇਕਰ ਖਹਿਰਾ ਵਿੱਚ ਦਮ ਹੈ ਤਾਂ ਉਹ ਅਸਤੀਫਾ ਦੇ ਕੇ ਰਾਣਾ ਗੁਰਜੀਤ ਸਿੰਘ ਖਿਲਾਫ਼ ਚੋਣ ਲੜ ਕੇ ਵੇਖ ਲੈਣ। ਉਹਨਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਨੇ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦਿੱਤਾ ਹੈ। ਜਿਹਨੇ ਪਾਰਟੀ ਨੂੰ ਜਰਾ ਜਿੰਨੀ ਆਂਚ ਨਾ ਆ ਜਾਏ ਉਹਦਾ ਛੱਡ ਕੇ ਉਹ ਮਰਿਆ ਜੀ। ਔਰ ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਜੀ ਨੇ ਰਾਹੁਲ ਗਾਂਧੀ ਜੀ ਨੇ ਕਾਂਗਰਸ ਦੀਆਂ ਪਰੰਪਰਾਵਾਂ ਅਨੁਸਾਰ ਉਸ ਅਸਤੀਫੇ ਨੂੰ ਮਨਜ਼ੂਰ ਕੀਤਾ ਹੈ। ਔਰ ਹੁਣ ਮੈਂ ਇਹ ਚਾਹੁੰਦਾ ਖਹਿਰਾ ਸਾਹਿਬ ਲਲਕਾਰੇ ਮਾਰਦੇ ਸੀ ਖਹਿਰਾ ਸਾਹਿਬ ਉਹਦੇ ਤਾਂ ਕੋਈ ਅਦਾਲਤੀ ਕੇਸ ਨਹੀਂ ਸੀ ਚੱਲਦਾ ਤੇਰੇ ਤੇ ਅਦਾਲਤੀ ਕੇਸ ਜਾਂ ਕੋਰਟ ਨੂੰ ਫੇਸ ਕਰ ਰਿਹਾ ਬਹੁਤ ਵੱਡਾ ਤੇਰੇ ਤੇ ਜ਼ੁਲਮ ਹੈ ਤੈਨੂੰ ਅਸਤੀਫਾ ਹੁਣ ਦੇਣਾ ਚਾਹੀਦਾ ਤੂੰ ਪਾਕ ਤੇ ਸਾਫ਼ ਹੋ ਜਾ ਉਦੋਂ ਬਾਅਦ ਤੈਨੂੰ ਭਾਵੇਂ ਕੇਜਰੀਵਾਲ ਆਪਣੀ ਕੁਰਸੀ 'ਤੇ ਬਿਠਾ ਦੇ ਸਾਨੂੰ ਕੋਈ ਮੁਸ਼ਕਲ ਨਹੀਂ ਪਰ ਮਰਦਾਂ ਵਾਲੀ ਗੱਲ ਇਹ ਹੈ ਹੁਣ ਅਸਤੀਫਾ ਦੇ।